ਆਈ ਜਾਓ ਦੇ ਦਿਓ ਕਿਸ਼ਤ ਭਰਨੀ ਹੈ ਸਵੇਰੇ। ਇਹ ਇਕੱਠੇ ਹੋ ਗਏ ਆ ਸਰਦੂਲਗੜ੍ਹ ਤੋਂ, ਬਾਕੀ ਮੇਰਾ ਪਿੰਡ ਪਨਿਆਰੀ ਹੈ ਸਰਸੇ ਦੇ ਲਾਗੇ ਹਰਿਆਣਾ ਚ। ਅੱਛਾ ਹਾਂਜੀ, ਉੱਥੋਂ ਦੇ ਮਰਾਸੀ ਹੈਗੇ ਆ। ਅੱਛਾ, ਕਦੋਂ ਤਿਆਰੀ ਕੀਤੀ ਫਿਰ ਆਉਣ ਦੀ? ਤਿਆਰੀ ਬਸ ਰਾਤ ਸਲਾਹ ਸੀ ਆਉਣ ਦੀ, ਰਾਤ ਲੇਟ ਹੋ ਗਏ, ਮੈਂ ਕਿਹਾ ਸਾਰੇ ਮਰਾਸੀ ਇਕੱਠੇ ਹੋ ਕੇ ਤੜਕੇ ਚੱਲਾਂਗੇ। ਅੱਛਾ, ਬਾਕੀ ਟਰੱਕ ਭਰ ਕੇ ਹੋਰ ਲਿਆਵਾਂਗੇ ਦੋ ਤਿੰਨ ਦਿਨਾਂ ਨੂੰ ਮਰਾਸੀਆਂ ਦਾ। ਅੱਛਾ, ਪੂਰਾ ਰੰਗ ਬੰਦੇ ਫਿਰ ਸੁਣਾ ਦੇ। ਮੈਂ ਕਿਹਾ ਹੋ ਕੇ ਜੜ ਜਾਾਂਗੇ ਸਿੱਧੀ ਦੀ ਬਾਤੀ ਤੇ ਬੋਲੀ ਪਾ ਦੇ। ਹਾਂ, ਸਿੱਧੀ ਬਾਤੀ ਜੀ। ਅਰੇ ਆਰੇ ਆਖਾ ਕੇ ਸਿੱਧੂਆਂ ਦੇ ਲਾਣੇ ਨੂੰ ਗੋਡੇ ਗੋਡੇ। ਮੈਂ ਕਹਿੰਦਾ ਟਰੱਕ ਭਰ ਭਰ ਕੇ ਆਣਗੇ ਮਰਾਸੀਆਂ ਦੀ, ਮੈਂ ਕਹਿੰਦਾ ਲੈਣ ਹੀ ਲੱਗ ਜੇਗੀ ਮਰਾਸੀਆਂ ਦੇ ਟਰੱਕ ਭਰ ਭਰ ਕੇ ਆਉਣਗੇ। ਨਹੀਂ ਏਦਾਂ, ਇਹ ਤੇ ਨਸੀਬ ਚ ਨੀ ਲਿਖਿਆ। ਇਹ ਤਾਂ ਬਾਈ ਨਾਲ ਮੁਲਾਕਾਤ ਨੀ ਹੋਈ ਬਸ, ਜਿਵੇਂ ਮਾਲਕ ਦੀਆਂ ਰਹਿਮਤਾਂ। ਮੈਂ ਕਹਿੰਦਾ ਅੱਲਾ ਪਾਕ ਨੇ ਸੋਹਣਾ ਰੰਗ ਲਾਇਆ ਵੀ ਛੋਟਾ ਸਿੱਧੂ ਭੇਜਿਆ, ਵੱਡੇ ਪੈਰੀ ਗਿਆ ਤੇ ਛੋਟੇ ਪੈਰੀ ਆਇਆ। ਹਾਂ, ਮੈਂ ਕਹਿੰਦਾ ਮਾਲਕ ਨੇ ਸੋਹਣੇ ਰੰਗ ਲਾ ਤੇ, ਪਰਮਾਤਮਾ ਵੱਡੇ ਭਾਗ ਲਾਵੇ। ਉਹ ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਖਟਕੇ ਲਿਆਂਦੇ ਦਾਣੇ, ਛੋਟਾ ਸਿੱਧੂ ਆ ਗਿਆ। ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆ। ਉਹ ਗੱਡੀ ਚੱਲਦੀ ਏ ਊ ਮਾਇਆ, ਉਹ ਗੱਡੀ ਚੱਲਦੀ ਏ ਊ ਮਾਇਆ, ਉਹ ਡੱਬਾ ਡੱਬਾ ਛਾਣ ਲਿਆ ਵੇ ਕਿਹੜੇ ਡੱਬੇ ਵਿੱਚ ਤੂੰ ਮਾਇਆ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।